ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਚਿੰਤਾ ਤਾਂ ਕੀ ਕੀਜੀਏ ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਅਧਿਆਇ 24 ਵਿੱਚ ਅੱਜ ਆਪਾਂ ਮਾਤਾ ਕੌਲਾਂ ਜੀ ਦਾ ਸੱਚਖੰਡ ਜਾਣ ਦਾ ਪ੍ਰਸੰਗ ਸਰਵਣ ਕਰਾਂਗੇ। ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ। ਸਾਧ ਸੰਗਤ ਜੀ, ਪਿਛਲੇ ਅੰਗ ਵਿੱਚ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਮਾਤਾ ਕੌਲਾਂ ਜੀ ਨੂੰ ਉਪਦੇਸ਼ ਦੇ ਕੇ ਉਹਨਾਂ ਦਾ ਅਗਿਆਨ ਦੂਰ ਕੀਤਾ। ਜਿਵੇਂ ਨਸ਼ਾ ਉਤਰਨ ਨਾਲ ਹੋਸ਼ ਆ ਜਾਂਦੀ ਹੈ, ਇੰਝ ਹੀ ਮਾਤਾ ਕੌਲਾਂ ਜੀ ਦਾ ਅਗਿਆਨ ਦੂਰ ਹੋ ਗਿਆ ਅਤੇ ਉਹਨਾਂ ਨੇ ਆਪਣੇ ਹਿਰਦੇ ਵਿੱਚ ਆਪਣੇ ਸਰੂਪ ਨੂੰ ਵੇਖ ਕੇ ਬੜਾ ਅਦਭੁਤ ਜਾਣਿਆ। ਇੱਕ ਘੜੀ ਤੱਕ ਗੁਰੂ ਜੀ ਨੇ ਬਚਨ ਸੁਣਾਏ, ਸਤਿਗੁਰੂ ਜੀ ਨੇ ਗਿਆਨ ਦੇ ਕੇ ਉਹਨਾਂ ਦਾ ਭਰਮ ਦੂਰ ਕਰ ਦਿੱਤਾ। ਨੈਣ ਬੰਦ ਕਰਕੇ ਆਪਣੇ ਸਰੂਪ ਨੂੰ ਵੇਖਿਆ ਅਤੇ 2 ਘੜੀਆਂ ਤੱਕ ਆਨੰਦ ਧਾਰਨ ਕੀਤਾ। ਫਿਰ ਪ੍ਰੀਤਮ ਨੂੰ ਵੇਖਣ ਲੱਗ ਗਏ, ਹੇ ਸਤਿਗੁਰੂ ਜੀ, ਤੁਸੀਂ ਧੰਨ ਹੋ, ਮੈਂ ਵੱਡੇ ਭਾਗਾਂ ਵਾਲੀ ਹਾਂ। ਜਿਸ ਪਦਵੀ ਨੂੰ ਪਾਉਣ ਵਾਸਤੇ ਜਤੀ, ਬ੍ਰਹਮਚਾਰੀ ਅਤੇ ਜੋਗੀ ਬਹੁਤ ਕਸ਼ਟ ਧਾਰਨ ਕਰਦੇ ਹਨ, ਉਹ ਪਦਵੀ ਮੈਨੂੰ ਇੱਕ ਖਿੰਡ ਵਿੱਚ ਦਿਖਾ ਦਿੱਤੀ ਹੈ ਅਤੇ ਹਉਮੈ ਦਾ ਵੱਡਾ ਰੋਗ ਤੁਸੀਂ ਖਤਮ ਕਰ ਦਿੱਤਾ ਹੈ। ਹੇ ਸਤਿਗੁਰੂ ਜੀ, ਤੁਸੀਂ ਧੰਨ ਹੋ, ਤੁਹਾਡੀ ਗਤੀ ਨਿਆਰੀ ਹੈ। ਹੇ ਦੁਨੀਆ ਦੇ ਦੁੱਖ ਦੂਰ ਕਰਨ ਵਾਲੇ, ਤੁਹਾਨੂੰ ਮੇਰੀ ਨਮਸਕਾਰ ਹੈ। ਗੁੱਜਾ ਅਤੇ ਗੁਪਤ ਤੁਰੰਤ ਦੱਸ ਦਿੱਤਾ ਹੈ ਅਤੇ ਕਰੋੜਾਂ ਜਨਮਾਂ ਦੇ ਕਸ਼ਟ ਨੂੰ ਤੁਸੀਂ ਮੁਕਾ ਦਿੱਤਾ ਹੈ। ਹੇ ਸਤਿਗੁਰੂ ਜੀ, ਮੈਂ ਨਿਹਾਲ ਹੋ ਗਈ ਹਾਂ। ਇਸ ਤਰ੍ਹਾਂ ਕਹਿ ਕੇ ਗੁਰੂ ਜੀ ਦੇ ਚਰਨਾਂ 'ਤੇ ਮਾਤਾ ਜੀ ਨੇ ਮੱਥਾ ਟੇਕਿਆ। ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਫਿਰ ਕਿਹਾ, ਤੁਹਾਡੇ ਸਰੀਰ ਦਾ ਅੰਤ ਸਮਾਂ ਹੁਣ ਨੇੜੇ ਹੈ, ਹੁਣ ਸਾਰੇ ਪਾਸਿਆਂ ਤੋਂ ਮਨ ਨੂੰ ਹਟਾ ਕੇ ਤੁਸੀਂ ਸਥਿਰ ਹੋ ਜਾਓ। ਤੁਰੰਤ ਦਾਸੀ ਨੇ ਆਸਨ ਵਿਛਾ ਦਿੱਤਾ, ਉਸ ਉੱਤੇ ਮਾਤਾ ਕੌਲਾਂ ਜੀ ਨੂੰ ਲਟਾ ਦਿੱਤਾ। ਅੱਖਾਂ ਖੋਲ੍ਹ ਕੇ ਗੁਰੂ ਜੀ ਨੂੰ ਵੇਖ ਰਹੇ ਸਨ, ਜਿਹੜੇ ਰਾਤ ਦਿਨ ਉਹਨਾਂ ਦੇ ਹਿਰਦੇ ਵਿੱਚ ਵੱਸਦੇ ਸਨ। ਫਿਰ ਬੋਲਣ ਦੀ ਸ਼ਕਤੀ ਨਾ ਰਹੀ, ਬਿਨਾਂ ਝਮਕੇ ਅੱਖਾਂ ਗੁਰੂ ਜੀ ਦੇ ਦਰਸ਼ਨਾਂ 'ਤੇ ਟਿਕ ਗਈਆਂ। ਵੇਖਦਿਆਂ ਵੇਖਦਿਆਂ ਹੀ ਪ੍ਰਾਣ ਛੱਡ ਦਿੱਤੇ, ਧੰਨ ਹੋ ਗਏ ਅਤੇ ਉਹਨਾਂ ਨੇ ਮਹਾਨ ਪਦਵੀ ਪ੍ਰਾਪਤ ਕਰ ਲਈ। ਜਦ ਸੱਚਖੰਡ ਚਲੇ ਗਏ ਤਾਂ ਗੁਰੂ ਜੀ ਨੇ ਨੌਕਰਾਂ ਨੂੰ ਬੁਲਾਇਆ ਅਤੇ ਮਾਤਾ ਕੌਲਾਂ ਜੀ ਦੀ ਦਾਸੀ ਨੂੰ ਕਿਹਾ, ਹੁਣ ਸਾਰੀਆਂ ਕਿਰਿਆਵਾਂ ਕਰੋ, ਇਹਨਾਂ ਨੂੰ ਸ਼ੁੱਭ ਬਾਗ ਵਿੱਚ ਲੈ ਜਾਓ। ਗੁਰੂ ਜੀ ਦੇ ਕਹਿਣ 'ਤੇ ਸਾਰੇ ਇਸਤਰੀ ਪੁਰਸ਼ਾਂ ਨੇ ਮਿਲ ਕੇ ਮਾਤਾ ਕੌਲਾਂ ਜੀ ਦੇ ਸਰੀਰ ਨੂੰ ਨਿਰਮਲ ਜਲ ਨਾਲ ਇਸ਼ਨਾਨ ਕਰਵਾਇਆ। ਬੜੇ ਕੀਮਤੀ ਦੁਸ਼ਾਲੇ ਪਾਏ ਗਏ ਅਤੇ ਰਬਾਬੀਆਂ ਨੇ ਸ਼ਬਦਾਂ ਦਾ ਗਾਇਣ ਸ਼ੁਰੂ ਕਰ ਦਿੱਤਾ। ਉਹਨਾਂ ਦੇ ਸਰੀਰ ਨੂੰ ਚੁੱਕ ਕੇ ਬਾਗ ਵਿੱਚ ਲੈ ਗਏ। ਇਸ ਤਰ੍ਹਾਂ ਮਾਤਾ ਕੌਲਾਂ ਜੀ ਨੇ ਸਾਰੀ ਸ਼ੁਭ ਗਤੀ ਪਾ ਲਈ। ਸਤਿਗੁਰੂ ਜੀ ਦੀਵਾਨ ਲਾ ਕੇ ਬੈਠ ਗਏ। ਸਾਰੇ ਲੋਕ ਮਾਤਾ ਕੌਲਾਂ ਜੀ ਦੇ ਅੰਤ ਬਾਰੇ ਜਾਣ ਕੇ ਆ ਰਹੇ ਸਨ। ਬੜਾ ਸ਼ੋਕ ਧਾਰ ਕੇ ਗੁਰੂ ਜੀ ਦੇ ਪਾਸ ਬੈਠ ਗਏ। ਸ੍ਰੇਸ਼ਟ ਸੂਰਮਾ ਪੈਂਦੇ ਖਾਂ ਵੀ ਆ ਗਿਆ। ਸਤਿਗੁਰੂ ਜੀ ਨੇ ਉਸ ਨੂੰ ਧੀਰਜ ਦਿੱਤਾ। ਨਗਰ ਦੇ ਸੂਰਬੀਰ ਅਤੇ ਸਿੱਖ ਗੁਰੂ ਜੀ ਦੇ ਪਾਸ ਬੈਠ ਬੈਠ ਕੇ ਚਲੇ ਗਏ। ਜਦ ਸ਼ਾਮ ਹੋਈ ਤਾਂ ਗੁਰੂ ਜੀ ਆਪਣੇ ਡੇਰੇ ਚਲੇ ਗਏ। ਆਪਣੇ ਆਪਣੇ ਸਥਾਨਾਂ 'ਤੇ ਚੱਲ ਕੇ ਸਭ ਨੂੰ ਵੇਖਿਆ। ਫਿਰ ਗੁਰੂ ਜੀ ਨੇ ਪਹਿਲਾਂ ਵਾਂਗ ਹੀ ਵਿਸ਼ਰਾਮ ਕੀਤਾ। ਜਦ ਸਵੇਰ ਹੋਈ ਤਾਂ ਗੁਰੂ ਜੀ ਜਾਗ ਪਏ। ਇਸ ਵਿਧੀ ਅਨੁਸਾਰ ਕਈ ਦਿਨ ਬਤੀਤ ਕੀਤੇ। ਗੁਰੂ ਜੀ ਦੇ ਆਉਣ ਦੀ ਖਬਰ ਸੁਣ ਕੇ ਲੋਕ ਇੱਧਰ ਆਉਂਦੇ ਸਨ। ਕਈ ਸੂਰਮੇ ਨੌਕਰੀ ਲੈਣ ਵਾਸਤੇ ਆਉਂਦੇ ਸਨ, ਯੋਗ ਵੇਖ ਕੇ ਗੁਰੂ ਜੀ ਰੱਖ ਲੈਂਦੇ ਸਨ। ਬਾਦਸ਼ਾਹ ਦੇ ਨਾਲ ਬੜਾ ਵੱਡਾ ਬਖੇੜਾ ਪਿਆ ਹੋਇਆ ਹੈ, ਲੜ ਕੇ ਬਹੁਤ ਲਸ਼ਕਰ ਮਾਰੇ ਹਨ। ਸਾਰੇ ਹੀ ਜਿੱਥੇ ਕਿੱਥੇ ਗੁਰੂ ਜੀ ਦਾ ਜਸ ਪ੍ਰਗਟ ਹੋਇਆ ਹੈ ਕਹਿੰਦੇ ਸਨ, ਅੱਜ ਕਿਹੜਾ ਬਾਦਸ਼ਾਹ ਦੇ ਅੱਗੇ ਅੜ ਸਕਦਾ ਹੈ? ਪਹਾੜਾਂ ਦੇ ਆਕੀ ਟਿਕਾਣਿਆਂ ਤੋਂ ਬਿਨਾਂ ਕੌਣ ਅਟਕ ਸਕਦਾ ਹੈ? ਪ੍ਰਾਣਾਂ ਦਾ ਨਾਸ਼ ਹੋ ਜਾਵੇਗਾ। ਲਾਹੌਰ ਅੰਮ੍ਰਿਤਸਰ ਦੇ ਨੇੜੇ ਹੈ, ਉੱਥੇ ਰਹਿ ਕੇ ਵੱਡੇ ਵੱਡੇ ਸੂਰਮਿਆਂ ਨਾਲ ਜੰਗ ਕੀਤਾ ਹੈ। ਰਣਭੂਮੀ ਵਿੱਚ ਮੁਗਲ ਅਤੇ ਪਠਾਨੀ ਸਰਦਾਰਾਂ ਅਤੇ ਹਾਕਮਾਂ ਨੂੰ ਵੇਖ ਵੇਖ
ਲੱਭ ਲੱਭ ਕੇ ਮਾਰਿਆ ਹੈ, ਜਿਨ੍ਹਾਂ ਦਾ ਬਲ ਵੇਖ ਕੇ ਬਾਦਸ਼ਾਹ ਵੀ ਠਠੰਬਰ ਗਿਆ ਹੈ, ਫਿਰ ਉਸਨੇ ਲੜਨ ਦਾ ਕੋਈ ਉਤਸ਼ਾਹ ਨਹੀਂ ਵਿਖਾਇਆ ਹੈ। ਇਸ ਵਿਧੀ ਅਨੁਸਾਰ ਇਸ ਸਮੇਂ ਇਹਨਾਂ ਵਰਗਾ ਸ਼ਕਤੀਸ਼ਾਲੀ ਯੋਧਾ ਸਾਰੇ ਮੰਡਲ ਵਿੱਚ ਨਹੀਂ ਹੈ। ਸਾਰੇ ਦੇਸ਼ ਦਾ ਜੋ ਵੱਡਾ ਬਾਦਸ਼ਾਹ ਹੈ, ਉਸਦਾ ਰਤਾ ਭਰ ਵੀ ਡਰ ਨਹੀਂ ਮੰਨਿਆ ਹੈ। ਉਸ ਦੇ ਸਾਰੇ ਲਸ਼ਕਰ ਨੂੰ ਮਾਰ ਕੇ ਮਿੱਟੀ ਵਿੱਚ ਮਿਲਾ ਦਿੱਤਾ। ਇਹ ਨਿਰਭੈ ਯੋਧਾ ਹੁਣ ਦੁਆਬੇ ਵਿੱਚ ਰਹਿਣ ਵਾਸਤੇ ਆਏ ਹਨ। ਇਸ ਤਰ੍ਹਾਂ ਜਿੱਥੇ ਕਿੱਥੇ ਪ੍ਰਸੰਗ ਪ੍ਰਗਟ ਹੋ ਗਿਆ, ਸ੍ਰੇਸ਼ਟ ਜਸ ਕਰਦੇ ਸਨ ਕਿ ਵੱਡੇ ਬਲਵਾਨ ਯੋਧੇ ਹਨ। ਯੁੱਧ ਨਾਲ ਪ੍ਰੇਮ ਕਰਨ ਵਾਲੇ ਸੂਰਮੇ ਗੁਰੂ ਜੀ ਪਾਸ ਨੌਕਰੀ ਲੈਣ ਵਾਸਤੇ ਆਉਂਦੇ ਸਨ। ਸ਼ਸਤਰਾਂ ਦੀ ਸਿਖਲਾਈ ਸਦਾ ਦਿੱਤੀ ਜਾਂਦੀ ਸੀ। ਆਪਸ ਵਿੱਚ ਮਿਲ ਕੇ ਮਸ਼ਕ ਕਰਦੇ ਸਨ, ਕਦੀ ਬੰਦੂਕ ਚਲਾਉਂਦੇ ਸਨ ਅਤੇ ਕਦੀ ਨੇਜ਼ੇ ਫੜਦੇ ਸਨ ਅਤੇ ਘੋੜਿਆਂ ਨੂੰ ਨਚਾ ਟਪਾ ਕੇ ਵਿਖਾਉਂਦੇ ਸਨ। ਜਿਹੜੇ ਪਠਾਨ ਨੇੜੇ ਪਿੰਡਾਂ ਵਿੱਚ ਵੱਸਦੇ ਸਨ, ਉਹ ਬਹੁਤ ਹਥਿਆਰ ਪਹਿਣ ਕੇ ਰੱਖਦੇ ਸਨ। ਉਹ ਸਾਰੇ ਸੁਣਦੇ ਸਨ, ਗੁਰੂ ਜੀ ਦੇ ਪਾਸ ਪੈਂਦੇ ਖਾਂ ਨਾਮੀ ਇੱਕ ਵੱਡਾ ਬਲਵਾਨ ਸੂਰਮਾ ਹੈ। ਮਿਲਣ ਵਾਸਤੇ ਬਹੁਤ ਚੱਲ ਕੇ ਆਉਂਦੇ ਸਨ ਅਤੇ ਗੁਰੂ ਜੀ ਦੇ ਪਾਸ ਬੈਠ ਕੇ ਯੁੱਧ ਦੀਆਂ ਗੱਲਾਂ ਚਲਾਉਂਦੇ ਸਨ। ਕਹਿੰਦੇ ਸਨ, ਗੁਰੂ ਜੀ ਦਾ ਕਿਹੜਾ ਕਿਹੜਾ ਸੂਰਮਾ ਅੜਿਆ, ਜਿਨ੍ਹਾਂ ਨੇ ਗਜ਼ਬ ਦੀ ਮਾਰ ਨਾਲ ਸਾਰੀ ਦੀ ਸਾਰੀ ਫੌਜ ਮਾਰ ਦਿੱਤੀ। ਉਹਨਾਂ ਨੂੰ ਪੈਂਦੇ ਖਾਂ ਨੇ ਦੱਸਿਆ, ਇੱਕ ਤਾਂ ਗੁਰੂ ਜੀ ਆਪ ਬਹੁਤ ਵੱਡੇ ਮਹਾਂਬਲੀ ਹਨ, ਮੈਂ ਫਿਰ ਨਮਕ ਹਲਾਲ ਕੀਤਾ ਅਤੇ ਬਹੁਤ ਭਿਆਨਕ ਅਤੇ ਵਿਕਰਾਲ ਜੰਗ ਲੜੀ, ਕੋਈ ਵੀ ਮੇਰੇ ਅੱਗੇ ਨਾ ਠਹਿਰਿਆ। ਮੈਂ ਕ੍ਰੋਧ ਵਿੱਚ ਆ ਕੇ ਬਹੁਤ ਵੈਰੀਆਂ ਨੂੰ ਮਾਰਿਆ, ਮੇਰੇ ਬਗੈਰ ਲੜਾਈ ਫਤਿਹ ਨਾ ਹੁੰਦੀ। ਐਡੀ ਵੱਡੀ ਗਿਣਤੀ ਵਿੱਚ ਯੋਧਿਆਂ ਨੂੰ ਕੌਣ ਮਾਰ ਸਕਦਾ ਹੈ, ਜਿਸ ਦੇ ਇੱਕ ਇੱਕ ਤਲਵਾਰ ਦੇ ਵਾਰ ਨੇ ਵੈਰੀ ਨੂੰ ਘੋੜੇ ਸਮੇਤ ਕੱਟ ਕੇ ਵੱਖ ਕਰ ਦਿੱਤਾ। ਜਿਸ ਕਿਸੇ ਨੂੰ ਧੱਕਾ ਵੀ ਮਾਰ ਦਿੱਤਾ, ਉਸੇ ਥਾਂ ਮਰ ਜਾਂਦਾ ਸੀ। ਕਈ ਘੋੜਿਆਂ ਨੂੰ ਪੈਰਾਂ ਤੋਂ ਫੜ ਕੇ ਉਲਟਾ ਕਰ ਦਿੱਤਾ, ਕਈ ਵੈਰੀ ਤੀਰਾਂ ਨਾਲ ਪਰੋਲੇ, ਦੁਸ਼ਮਣ ਵੇਖ ਕੇ ਭੱਜ ਜਾਂਦੇ ਸਨ, ਸਾਹਮਣੇ ਨਹੀਂ ਆਉਂਦੇ ਸਨ। ਜੇ ਮੈਂ ਗੁਰੂ ਜੀ ਦੇ ਪਾਸ ਨਾ ਹੁੰਦਾ ਤਾਂ ਕਿਵੇਂ ਇਹ ਜੰਗ ਫਤਿਹ ਹੁੰਦੀ। ਮੈਨੂੰ ਵੱਡਾ ਬਲਵਾਨ ਜਾਣ ਕੇ ਗੁਰੂ ਜੀ ਬਹੁਤ ਸਨਮਾਨ ਦੇ ਕੇ ਆਪਣੇ ਪਾਸ ਰੱਖਦੇ ਸਨ। ਫਤਿਹ ਮੇਰੀਆਂ ਬਾਹਾਂ ਵਿੱਚ ਵੱਸਦੀ ਹੈ, ਕੌਣ ਸਹਿ ਸਕਦਾ ਹੈ, ਵੇਖਦਿਆਂ ਹੀ ਨੱਸ ਜਾਂਦੇ ਸਨ। ਪੈਂਦੇ ਖਾਂ ਜਿੱਥੇ ਕਿੱਥੇ ਇਸ ਤਰ੍ਹਾਂ ਬੋਲਦਾ ਸੀ, ਉਸਦੇ ਦਿਲ ਵਿੱਚ ਬਹੁਤ ਹੰਕਾਰ ਵੱਧ ਗਿਆ ਸੀ। ਸਤਿਗੁਰੂ ਜੀ ਨੇ ਜਾਣਿਆ, ਮੂਰਖ ਮਤਹੀਨ ਹੈ, ਵਡਿਆਈ ਨਹੀਂ ਜਰਦਾ ਹੈ, ਮਨ ਦਾ ਮੋਟਾ ਹੈ, ਗੰਭੀਰ ਧੀਰਜਵਾਨ ਨਹੀਂ ਹੈ ਅਤੇ ਮਨ ਦਾ ਹੰਕਾਰੀ ਹੋ ਗਿਆ ਹੈ। ਇਸ ਤਰ੍ਹਾਂ ਪਤਾ ਲੱਗਦਾ ਹੈ ਕਿ ਇਸ ਦਾ ਮਾੜਾ ਫਲ ਹੀ ਨਿਕਲੇਗਾ। ਮੀਰ ਨਾਮੀ ਇੱਕ ਛੋਟਾ ਜਿਹਾ ਪਿੰਡ ਹੈ ਜਿੱਥੇ ਪਠਾਣਾਂ ਦੇ ਬਹੁਤ ਘਰ ਹਨ। ਉਸ ਪਿੰਡ ਤੋਂ ਪੈਂਦੇ ਖਾਂ ਵਾਸਤੇ ਸਾਕ ਆਇਆ, ਗੁਰੂ ਜੀ ਦੀ ਆਗਿਆ ਪਾ ਕੇ ਉੱਥੇ ਸਗਾਈ ਕਰਵਾ ਲਈ। ਸਤਿਗੁਰੂ ਜੀ ਨੇ ਬਹੁਤ ਧੰਨ ਦਿੱਤਾ, ਫਿਰ ਕਿਸੇ ਦੇਰ ਤੋਂ ਬਗੈਰ ਨਿਕਾਹ ਕਰ ਲਿਆ, ਆਪਣੀ ਪਤਨੀ ਨੂੰ ਸੁੱਖ ਪਾ ਕੇ ਮਿਲਿਆ। ਇੱਕ ਦਿਨ ਗੁਰੂ ਜੀ ਨੂੰ ਹੱਥ ਜੋੜ ਕੇ ਕਹਿਣ ਲੱਗਾ, ਮੇਰਾ ਕਿਸੇ ਥਾਂ ਵੀ ਘਰ ਨਹੀਂ ਬਣਿਆ ਹੈ, ਹੁਣ ਵਿਆਹ ਹੋ ਗਿਆ ਹੈ, ਇਸ ਲਈ ਘਰ ਚਾਹੀਦਾ ਹੈ, ਘਰ ਤੋਂ ਬਗੈਰ ਸੁੱਖ ਨਹੀਂ ਪ੍ਰਾਪਤ ਹੋ ਸਕਦਾ। ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਇਸ ਗੱਲ ਨੂੰ ਯੋਗ ਜਾਣਿਆ, ਇਹ ਸੁਣ ਕੇ ਫਿਰ ਹੋਰ ਬਹੁਤ ਧੰਨ ਦਿੱਤਾ। ਮੀਰ ਪਿੰਡ ਵਿੱਚ ਕਹਿ ਕੇ ਗੁਰੂ ਜੀ ਨੇ ਸੁੰਦਰ ਘਰ ਬਣਵਾ ਦਿੱਤਾ, ਫਿਰ ਉਸਦੀ ਪਤਨੀ ਵਾਸਤੇ ਗਹਿਣੇ ਕਢਵਾਏ ਅਤੇ ਗੁਰੂ ਜੀ ਨੇ ਸਾਰੇ ਉਸਨੂੰ ਦੇ ਦਿੱਤੇ। ਘਰ ਵਾਸਤੇ ਸਾਰਾ ਸਾਜ਼ੋ ਸਮਾਨ ਵੀ ਬਣਵਾ ਦਿੱਤਾ। ਪੈਂਦੇ ਖਾਂ ਨੇ ਸਭ ਵਸਤਾਂ ਬਹੁਤ ਪ੍ਰਸੰਨ ਹੋ ਕੇ ਪ੍ਰਾਪਤ ਕਰ ਲਈਆਂ। ਫਿਰ ਪੈਂਦੇ ਖਾਂ ਆਪਣੀ ਪਤਨੀ ਦੇ ਨਾਲ ਰਹਿਣ ਲੱਗਾ, ਗੁਰੂ ਜੀ ਦੀ ਕਿਰਪਾ ਨਾਲ ਬੜਾ ਸੁੱਖ ਪ੍ਰਾਪਤ ਕਰਨ ਲੱਗਾ। ਗੁਰੂ ਜੀ ਨੇ ਫਿਰ ਕਿਹਾ, ਹੁਣ ਘਰ ਵਿੱਚ ਹੀ ਰਹੋ, ਕਦੀ ਕਦੀ ਇਸ ਪਾਸੇ ਆ ਜਾਇਆ ਕਰੋ, ਜਦ ਅਸੀਂ ਚਾਹਾਂਗੇ ਤਾਂ ਬੁਲਾ ਲਵਾਂਗੇ, ਨਹੀਂ ਤਾਂ ਆਪਣੇ ਘਰ ਵਿੱਚ ਹੀ ਤੁਸੀਂ ਆਨੰਦ ਨਾਲ ਰਹੋ। ਗੁਰੂ ਜੀ ਦੇ ਬਚਨ ਮੰਨ ਕੇ ਫਿਰ ਉਸਨੇ ਉਸ ਤਰ੍ਹਾਂ ਹੀ ਕੀਤਾ, ਬਹੁਤ ਦਿਨ ਆਪਣੇ ਘਰ ਹੀ ਰਿਹਾ। ਇਸ ਤਰ੍ਹਾਂ ਪੈਂਦੇ ਖਾਂ ਹੰਕਾਰੀ ਹੋ ਗਿਆ। ਸਤਿਗੁਰੂ ਜੀ ਉਸਦੀ ਹਰ ਪ੍ਰਕਾਰ ਦੀ ਖਬਰ ਸਾਰ ਲੈਂਦੇ ਸਨ, ਕਿਸੇ ਵਸਤੂ ਦੀ ਵੀ ਘਾਟ ਨਹੀਂ ਸੀ ਰਹਿਣ ਦਿੰਦੇ। ਜਿਹੜੀ ਵਸਤੂ ਵੀ ਬਹੁਤ ਕੀਮਤੀ ਹੁੰਦੀ ਸੀ, ਗੁਰੂ ਜੀ ਉਸਨੂੰ ਦੇ ਦਿੰਦੇ ਸਨ। ਨੇੜੇ ਜਿੰਨੇ ਵੀ ਪਿੰਡ ਅਤੇ ਨਗਰ ਸਨ, ਉਹਨਾਂ ਨੂੰ ਗੁਰੂ ਜੀ ਦੇ ਆਉਣ ਬਾਰੇ ਪਤਾ ਲੱਗਾ ਸੀ। ਉਹ ਬਹੁਤ ਵਸਤਾਂ ਅਤੇ ਉਪਹਾਰ ਲੈ ਕੇ ਆਉਂਦੇ ਸਨ, ਜਿੱਥੋਂ ਕਿੱਥੋਂ ਸਾਰਾ ਦਿਨ ਹੀ ਆਉਂਦੇ ਰਹਿੰਦੇ ਸਨ। ਬਹੁਤ ਵਸਤਾਂ ਅਰਪਣ ਕਰਕੇ ਗੁਰੂ ਜੀ ਦੇ ਸੁੰਦਰ ਚਰਨ ਕਮਲਾਂ 'ਤੇ ਵੰਦਨਾ ਕਰਦੇ ਸਨ। ਅਰਦਾਸੀਆ ਗੁਰੂ ਜੀ ਦੇ ਪਾਸ ਅਰਦਾਸ ਕਰਦਾ ਸੀ ਅਤੇ ਗੁਰੂ ਜੀ ਸਿੱਖਾਂ ਦੇ ਸਾਰੇ ਮਨੋਰਥ ਪੂਰੇ ਕਰਦੇ ਸਨ। ਦਰਸ਼ਨ ਕਰਕੇ ਰਾਤ ਨੂੰ ਗੁਰੂ ਜੀ ਦੇ ਪਾਸ ਰਹਿੰਦੇ ਸਨ, ਕਈ ਆਪਣੇ ਘਰ ਚਲੇ ਜਾਂਦੇ ਸੀ ਅਤੇ ਖੁਸ਼ੀਆਂ ਪ੍ਰਾਪਤ ਕਰਦੇ ਸਨ। ਸਾਰਾ ਦਿਨ ਗੁਰੂ ਜੀ ਦੇ ਪਾਸ ਸਿਖਾਉਂਦੇ ਜਾਂਦੇ ਸਨ ਅਤੇ ਵੱਡੀ ਭੀੜ ਲੱਗੀ ਰਹਿੰਦੀ ਸੀ। ਕਈ ਯੋਧੇ ਆ ਕੇ ਨੌਕਰ ਹੁੰਦੇ ਸਨ ਜਿਹੜੇ ਆ ਕੇ ਸ਼ਸਤਰ ਵਿੱਦਿਆ ਪ੍ਰਾਪਤ ਕਰਦੇ ਸਨ। ਕਈ ਸਿੱਖ ਘੋੜੇ ਲਿਆ ਕੇ ਅਰਪਣ ਕਰਦੇ ਸਨ,
ਕਈ ਘੋੜੇ ਆਪ ਮੁੱਲ ਖਰਚ ਕੇ ਲੈਂਦੇ ਸਨ, ਕਈਆਂ ਪਾਸੋਂ ਤੀਰ ਕਮਾਨ ਲੈ ਕੇ ਧਨ ਦਵਾਉਂਦੇ ਸਨ, ਕਈ ਪਾਸ ਰਹਿ ਕੇ ਤੀਰ ਬਣਾਉਂਦੇ ਸਨ। ਉਹ ਚੰਗੇ ਲੋਹੇ ਦੇ ਤਿੱਖੇ ਬਾਣ ਬਣਾਉਂਦੇ ਸਨ ਅਤੇ ਕਰਤਾਰਪੁਰ ਨਗਰ ਵਿੱਚ ਹੀ ਘੜਦੇ ਸਨ। ਚੌੜੇ ਫਲਾਂ ਵਾਲੇ ਤੀਰ, ਨੇਜ਼ੇ, ਭਾਲੇ ਆਦਿ ਬਣਾਉਂਦੇ ਸਨ। ਇਹ ਸਾਰੇ ਅਨੇਕ ਪ੍ਰਕਾਰ ਦੇ ਤਿਆਰ ਕਰਦੇ ਸਨ, ਇਹਨਾਂ ਦੀ ਕੌਣ ਗਿਣਤੀ ਕਰੇ। ਗੋਲੀਆਂ ਸੱਚੇ ਵਿੱਚ ਢਲਵਾਉਂਦੇ ਸਨ ਅਤੇ ਤਿਆਰ ਕਰਵਾ ਕੇ ਰਖਾਈ ਜਾਂਦੇ ਸਨ। ਬਹੁਤ ਬਰੂਦ ਮੰਗਵਾਇਆ ਗਿਆ, ਚੰਗੀ ਵਿਧੀ ਅਨੁਸਾਰ ਸੰਭਾਲ ਕੇ ਰੱਖ ਲਿਆ। ਬੰਦੂਕਾਂ ਵੇਚਣ ਵਾਲੇ ਆਉਂਦੇ ਸਨ, ਗੁਰੂ ਜੀ ਧਨ ਦਵਾ ਕੇ ਮੁੱਲ ਲੈ ਲੈਂਦੇ ਸਨ, ਸੂਰਮਿਆਂ ਨੂੰ ਬਖਸ਼ ਕੇ ਪਰਖਦੇ ਸਨ। ਉਹ ਨਿਸ਼ਾਨੇ 'ਤੇ ਲਾਉਂਦੇ ਸਨ ਅਤੇ ਨਿਸ਼ਾਨਾ ਖਾਲੀ ਨਹੀਂ ਸੀ ਜਾਂਦਾ। ਪ੍ਰਤੀ ਦਿਨ ਸ਼ਸਤਰਾਂ ਦਾ ਅਭਿਆਸ ਹੁੰਦਾ ਸੀ। ਸਤਿਗੁਰੂ ਜੀ ਵੇਖ ਕੇ ਬਹੁਤ ਪ੍ਰਸੰਨ ਹੁੰਦੇ ਸਨ, ਵਿਕਾਰਾਂ ਨੂੰ ਮਾਰ ਕੇ ਸਿੱਖ ਬਣਾਉਂਦੇ ਸਨ। ਕਹਿੰਦੇ ਸਨ, ਤੁਰਕਾਂ ਨੂੰ ਮਾਰ ਕੇ ਲਾਹੌਰ ਨੂੰ ਲੁੱਟ ਲਵਾਂਗੇ, ਹੁਣ ਮਲੇਸ਼ੀਆ ਤੋਂ ਰਾਜ ਖੋਹ ਲਵਾਂਗੇ, ਮਹਾਨ ਦੁਸ਼ਟਾਂ ਦਾ ਬਹੁਤ ਪ੍ਰਤਾਪ ਵਧਿਆ ਹੋਇਆ ਹੈ। ਹੇ ਗੁਰੂ ਜੀ, ਕੋਈ ਐਸੀ ਆਗਿਆ ਕਰੋ ਜਿਸ ਨਾਲ ਲੜਾਈ ਲੱਗ ਜਾਵੇ ਅਤੇ ਵੈਰੀਆਂ ਨੂੰ ਅਸੀਂ ਮਾਰ ਦੇਈਏ। ਸੋ ਸਾਹ ਸੰਗਤ ਜੀ, ਇੱਥੇ 6ਵੀਂ ਰਾਸ ਦਾ 24ਵਾਂ ਅਧਿਆਇ ਸਮਾਪਤ ਹੁੰਦਾ ਹੈ ਜੀ। ਪ੍ਰਸੰਗ ਸੁਣਾਉਂਦੇ ਹੋਏ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।